ਨੀ ਸੋ ਸੋਦੇਰ ਵੀ ਗੱਲ ਕਰ ਲਗੇ ਜੇਲ੍ਹ ਸੁੱਟਤਾ ਹੀ ਅਗਲੇ ਨੇ ਤੇ ਪੱਤਰਕਾਰ ਸੀ ਕਿ ਮੈਨੂੰ ਤਾਂ ਮਾਨ ਸਾਹਿਬ ਨੇ ਦੱਸੇ ਮੈਨੂੰ ਲੱਗਦਾ ਬਹੁਤੇ ਲੋਕਾਂ ਨੂੰ ਹੋ ਸਕਦਾ ਵੀ ਬਹੁਤ ਸਾਰੇ ਨੂੰ ਪਤਾ ਨਾ ਹੋਵੇ ਕਿ ਪੱਤਰਕਾਰ ਸੀਗੇ ਜੀ ਤੇ ਪੱਤਰਕਾਰ ਤੋਂ ਇਸ ਪੇਸ਼ੇ ਦੇ ਵਿੱਚ ਆਏ ਆ ਤਾਂ ਹੁਣੇ ਮੈਂ ਦੇਖ ਰਿਹਾ ਸੀ ਖਬਰਾਂ ਕਿ ਕਨੇ ਚੰਡੀਗੜ੍ਹ ਪ੍ਰੋਟੈਸਟ ਚੱਲ ਰਿਹਾ ਸੀ ਉੱਥੇ ਵੀ ਤਿੰਨ ਚਾਰ ਮੰਤਰੀ ਜਿਹੜੇ ਚੱਕ ਲਿਓ ਪੁਲਿਸ ਵਾਲਿਆਂ ਨੇ ਤੁਹਾਨੂੰ ਪਤਾ ਕਿ ਪ੍ਰੋਟੈਸਟ ਕਰਦੇ ਹੋ ਤਾਂ ਇੱਕ ਵਾਰੀ ਗ੍ਰਫਤਾਰ ਕਰਨਗੇ ਕਰਨਗੇ ਹਾਂਜੀ ਹਾਂਜੀ ਉਹ ਤਾਂ ਉਹ ਵੀ ਸਾਰੇ ਕਿਤੇ ਮਿਲ ਰਹੇ ਮੇਰੇ ਖਿਆਲ ਨਾਲ ਕੋਈ ਛੱਡਿਆ ਨਹੀਂਗਾ ਕੋਨਾ ਜਿੱਥੇ ਕਿਤੇ ਇਹਨਾਂ ਦੇ ਵਲੰਟੀਅਰ ਹੋਣ ਤੇ ਉਹ ਨਾ ਗਏ ਹੁਣ ਪ੍ਰੋਟੈਸਟ ਕਰਨ ਵਾਸਤੇ ਫਿਰ ਐ ਨਾ ਕਿ ਪੰਜਾਬ ਦੇ ਵਿੱਚ ਇਹਨਾਂ ਦੀ ਸਟਰੈਂਥ ਅੱਛੀ ਹੈ ਨਾ ਕਾਡਰ ਦੀ ਗਣਤੀ ਬਹੁਤ ਵਧੀਆ ਇਹਨਾਂ ਦੀ ਜੀ ਤਾਂ ਜ਼ਰਾ ਜੀ ਗੱਲ ਇਹ ਆ ਕਿ ਜਿੱਥੇ ਜਿੰਨਾ ਜ਼ਿਆਦਾ ਜੋਰ ਹੋਏਗਾ ਉਨਾ ਹੀ ਪ੍ਰਦਰਸ਼ਨ ਉਥੇ ਪੂਰਾ ਦਿਖਾਉਣਾ ਕਰਨਗੇ ਜੀ ਜੀ ਬਿਲਕੁਲ ਬਿਲਕੁਲ ਦੇਖੋ ਜਿੱਥੋਂ ਤੱਕ ਮਨੀਸ਼ ਸਸੋਦੀਆ ਦੀ ਗੱਲ ਆ ਦਿਲਚਸਪ ਕਹਾਣੀ ਇਹ ਆ ਜੀ ਕਿ ਮਨੀਸ਼ ਸੈਸੋਦੀਆ ਹੁਰਾਂ ਦੀ ਜਿਹੜੀ ਮੁੱਢਲੀ ਪੜ੍ਹਾਈ ਆ ਉਹ ਸਰਕਾਰੀ ਸਕੂਲ ਚ ਹੋਈ ਸੀਗੀ ਜੀ ਇਹਨਾਂ ਦੇ ਕੋਲ ਇੰਨੀ ਗੁਜਾਇਸ਼ ਹੈ ਨਹੀਂ ਸੀਗੀ ਕਿ ਇਹ ਨਿੱਜੀ ਸਕੂਲ ਦੇ ਵਿੱਚ ਪੜ੍ਹਾਈ ਆਪਣੀ ਪੂਰੀ ਕਰ ਸਕਣ ਜੀ ਕਿਉਂਕਿ ਘਰ ਜਿਹੜਾ ਸੀਗਾ ਉਹ ਬਹੁਤ ਸਧਾਰਨ ਘਰ ਸੀਗਾ ਜੀ ਉੱਤਰ ਪ੍ਰਦੇਸ਼ ਤੋਂ ਹੀ ਆਉਂਦੇ ਨੇ ਤਫਾਕਦੇ ਜੀ ਸੰਜੇ ਸਿੰਘ ਵੀ ਉੱਤਰ ਪ੍ਰਦੇਸ਼ ਤੋਂ ਇਹ ਵੀ ਉੱਤਰ ਪ੍ਰਦੇਸ਼ ਤੋਂ ਅੱਛਾ ਹੋਇਆ ਕੀ ਕਿ ਉਸ ਤੋਂ ਬਾਅਦ ਦਿੱਲੀ ਆ ਗਏ ਭਾਰਤੀ ਵਿਦਿਆਪਾਣ ਉੱਥੋਂ ਇਹ ਜਰਨਲਿਸਮ ਦੀ ਡਿਗਰੀ ਕਰਦੇ ਆ ਤੇ ਸਭ ਤੋਂ ਪਹਿਲਾ ਜਿਹੜਾ ਇਹਨਾਂ ਦਾ ਪ੍ਰੋਗਰਾਮ ਸੀਗਾ ਆਲ ਇੰਡੀਆ ਰੇਡੀਓ ਤੇ ਉਹਦਾ ਨਾਮ ਸੀ ਜ਼ੀਰੋ ਆਵਰ ਜੀ ਜ਼ੀਰੋ ਆਵਰ ਨਹੀਂ ਹੁੰਦਾ ਉਹ ਮਤਲਬ ਕਿ ਸਦਨ ਦਾ ਇੱਕ ਸ਼ਬਦ ਹੈ ਕਾਰਵਾਈ ਦਾ ਹਿੱਸਾ ਹੈ ਜੀ ਤਾਂ ਉਹਦੇ ਨਾਮ ਤੇ ਸੀ ਇਹਨਾਂ ਦਾ ਪ੍ਰੋਗਰਾਮ ਹਿੱਟ ਸੀ ਪ੍ਰੋਗਰਾਮ ਪੂਰਾ ਕਿਉਂਕਿ ਤੁਸੀਂ ਦੇਖਿਆ ਹੋਣਾ ਬੋਲ ਬਾਣੀ ਇਹਨਾਂ ਦੀ ਬਹੁਤ ਜ਼ਬਰਦਸਤ ਹੈ ਤਾਂ ਬਿਲਕੁਲ ਉਹ ਉਸੇ ਸ਼ੈਲੀ 'ਚ ਹੀ ਬੋਲਦੇ ਨੇ ਬਿਲਕੁਲ ਕੁਝ ਖਾਸियतਾਂ ਹੁੰਦੀਆਂ ਯਾਰ ਤੁਸੀਂ ਉਹਨਾਂ ਨੂੰ ਦਰਕਨਾਰ ਨਹੀਂ ਕਰ ਸਕਦੇ ਮਨੀਸ਼ ਸਸੋਦੀਆ ਨੇ ਜੋ ਸਕੂਲਾਂ ਲਈ ਕੰਮ ਕੀਤਾ ਤੁਸੀਂ ਦਰਕਨਾਰ ਨਹੀਂ ਕਰ ਸਕਦੇ ਕੁਝ ਖੇਤਰ ਐਸੇ ਹੁੰਦੇ ਜਿੱਦੇ ਵਿੱਚ ਲੀਡਰਾਂ ਦੀ ਸ਼ਾਪ ਹੁੰਦੀ ਹੈ ਜੀ ਉਸੇ ਤਰ੍ਹਾਂ ਜੋ ਬੋਲ ਬਾਣੀ ਹੈ ਭਾਸ਼ਣ ਕਲਾ ਹੈ ਉਹ ਲੀਡਰ ਦਾ ਇੱਕ ਵੱਖਰਾ ਗੁਣ ਹੁੰਦਾ ਹੈ ਦੋਸ਼ ਤਾਂ ਲੱਗਦੇ ਹੀ ਹੁੰਦੇ ਆ ਲੀਡਰ ਜੇਲਾਂ 'ਚ ਜਾਂਦੇ ਹੀ ਹੁੰਦੇ ਆ ਜੀ ਇਹ ਤਾਂ ਸਾਰਾ ਕੁਝ ਹੈ ਹੀ ਆ ਜੀ ਤਾਂ ਮਨੀਸ਼ ਸਸੋਦੀਆ ਆਪ ਦਾ ਕੰਮ ਕਰ ਕਰ ਰਹੇ ਸਨ ਪਰ ਕੁਝ ਖਾਸ ਨੇੜਲੇ ਬੰਦੇ ਇਹਨਾਂ ਦੇ ਦੱਸਦੇ ਆ ਕਿ ਇਹਨਾਂ ਦਿਲ ਨਹੀਂ ਸੀ ਲੱਗਦਾ ਮਨੀਸ਼ ਸਸੋਦੀਆ ਦਾ ਪੱਤਰਕਾਰਤਾ ਸੀ ਜੀ ਯਾਨੀ ਕੈਰੀਅਰ ਜਦੋਂ ਬਣ ਗਿਆ ਕੁਝ ਬੰਦੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਨਵਾਂ ਕਰਨਾ ਯਾਰ ਕਿਹਾ ਬਾਈ ਹੁਣ ਹੋਰ ਪਾਸੇ ਚਲੀਏ ਉਹਦਾ ਇੱਕ ਕਾਰਨ ਇਹ ਸੀਗਾ ਕਿ ਸਧਾਰਨ ਕਰ ਤੋਂ ਆਇਆ ਬੰਦਾ ਕਈ ਵਾਰ ਸਧਾਰਨ ਬੰਦੇ ਲਈ ਸੋਚਦਾ ਕਿ ਯਾਰ ਮੈਂ ਉਹਦੇ ਲਈ ਕੀ ਕਰ ਰਿਹਾ ਨੌਕਰੀ ਕਰ ਰਿਹਾ ਜੌਬ ਕਰ ਰਿਹਾ ਜਦੋਂ ਆਪਾਂ ਆਪ ਦਾ ਦਾਣਾ ਪਾਣੀ ਚੁਗਦੇ ਆਪਦੇ ਘਰੇ ਲੈ ਗਏ ਖਾ ਲਿਆ ਬਸ ਠੀਕ ਹੈ ਪਰ ਕਈ ਵਾਰ ਬੰਦਾ ਇਸ ਤੋਂ ਹਟ ਕੇ ਸੋਚਦਾ ਕਿ ਯਾਰ ਇਹ ਜੋ ਮੈਂ ਕਰ ਰਿਹਾ ਤੋ ਮੈਂ ਆਪਣੇ ਵਾਸਤੇ ਕਰ ਰਿਹਾ ਤਾਂ ਮੈਂ ਆਪਣੇ ਆ ਵਾਸਤੇ ਕੀ ਕਰ ਰਿਹਾ ਆਉਂਦਾ ਹੈ ਨਾ ਕਈ ਵਾਰ ਵਿਚਾਰ ਤਾਂ ਇਸੇ ਤਰ੍ਹਾਂ ਦਾ ਵਿਚਾਰ ਸੀਗਾ ਇੱਕ ਐਨ ਜੀਓ ਸ਼ੁਰੂ ਕਰ ਲੈਂਦੇ ਨੇ ਕਬੀਰ ਜੀ ਫਿਰ ਉਸ ਤੋਂ ਬਾਅਦ 1997 98 ਵਿੱਚ ਮੁਲਾਕਾਤ ਹੋਈ ਰਾਹੋਂ ਮੇਨਨ ਸੇ ਮੁਲਾਕਾਤ ਹੋ ਗਈ ਉਹ ਜੋ ਕੀਦੇ ਨਾਲ ਕੇਜਰੀਵਾਲ 97 98 ਵਿੱਚ ਮੁਲਾਕਾਤ ਹੋਈ ਫੇਰੇ ਤੁਰਪਾ ਕਿਉਂਕਿ ਅਰਵਿੰਦ ਕੇਜਰੀਵਾਲ ਵੀ ਤੁਹਾਨੂੰ ਪਤਾ ਕੁਝ ਐਕਟੀਵਿਜ਼ਮ ਕਰ ਰਹੇ ਸਨ ਇਹਨਾਂ ਨੇ ਫਿਰ ਬਹੁਤ ਵਧੀਆ ਕੰਮ ਕੀਤੇ ਨੇ ਮਤਲਬ ਕਿ ਉਹੀ ਕੰਮ ਅੱਜ ਇਹਨਾਂ ਵਾਸਤੇ ਜੇ ਕਹੀਏ ਤੇ ਉਹ ਮਜ਼ਾਕ ਦਾ ਵੀ ਪਾਤਰ ਨੇ ਆਰਟੀਆਈ ਲਈ ਕੰਮ ਇਹਨਾਂ ਨੇ ਬਹੁਤ ਗੱਡਵਾ ਕੰਮ ਕੀਤਾ ਜੀ ਉਹਦੇ ਵਿੱਚ ਇਹਨਾਂ ਨੇ ਫਿਰ ਅੱਗੇ ਜਾ ਕੇ ਇੱਕ ਆਪਣੀ ਫਾਊਂਡੇਸ਼ਨ ਬਣਾਈ ਜੀ ਫਿਰ ਇੱਕ ਹੋਰ ਐਨਜੀਓ ਬਣਾਇਆ ਸੀਗਾ ਇਹਨਾਂ ਨੇ ਕੰਮ ਕਰ ਰਹੇ ਸਨ ਉਸ ਤੋਂ ਬਾਅਦ ਦੀ ਕਹਾਣੀ ਤਾਂ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਆ ਜੀ ਯਾਨੀ ਇੱਕ ਪੱਤਰਕਾਰ ਜਿਹੜਾ ਹੈ ਉਹ ਅਰਵਿੰਦ ਕੇਜਰੀਵਾਲ ਦਾ ਯਾਰ ਬਣਨ ਉਪਰੰਤ ਇੱਕ ਬਹੁਤ ਵੱਡਾ ਲੀਡਰ ਬਣ ਜਾਂਦਾ ਹੈ ਜੀ ਤੇ ਇਸ ਵੇਲੇ ਜੇ ਤੁਸੀਂ ਦੇਖੋਗੇ ਅਰਵਿੰਦ ਕੇਜਰੀਵਾਲ ਨੇ ਛੱਡਿਆ ਤਾਂ ਹੈ ਨਹੀਂ ਕੋਈ ਇੱਕ ਸਿਰਫ ਤੇ ਸਿਰਫ ਉਹਦਾ ਵਿਸ਼ਵਾਸਪਾਤਰ ਜਾਂ ਕਹਿ ਲਉ ਕਿ ਬਹੁਤ ਹੀ ਜ਼ਿਆਦਾ ਜੇ ਕੋਈ ਨੇੜਲਾ ਬੰਦਾ ਹੈ ਜਾਂ ਉਹਦਾ ਡਿਪਟੀ ਹੈ ਤਾਂ ਉਹ ਹੈ ਮਨੀਸ਼ ਸਸੋਦੀਆ ਉਹਦੇ ਪਿੱਛੇ ਕਾਰਨ ਇਹੀ ਹੈ ਕਿ ਬਹੁਤ ਲੰਬੀ ਯਾਰੀ ਹੈ ਇਹਨਾਂ ਦੀ ਬਹੁਤ ਮਤਲਬ ਕਿ ਐਂ ਕਹਿ ਲਉ ਕਿ ਪੂਰੀ ਗੱਡਵੀਂ ਯਾਰੀ ਹੈ ਤਾਂ ਹੁਣ ਜਿਹੜਾ ਮਾਮਲਾ ਹੈ ਚਲੋ ਇਹ ਤੇ ਥੋੜਾ ਪਿਸ਼ੋਕੜ ਤੁਸੀਂ ਉਹ ਗੱਲ ਛੇੜੀ ਕਿ ਇਹ ਪੱਤਰਕਾਰ ਨੇ ਮੈਨੂੰ ਪਤਾ ਨਹੀਂ ਸੀ ਤੇ ਮੈਂ ਉਹਦੇ ਨਾਲ ਕੋਈ ਦੋ ਚਾਰ ਹੋਰ ਜੋੜ ਦਿੱਤੀਆਂ ਜੀ ਹੁਣ ਰੌਲਾ ਹੈ ਜਿਹੜਾ ਕਿ ਮਨੀਸ਼ ਸਿਸੋਦੀਆ ਗ੍ਰਿਫਤਾਰ ਹੁੰਦੇ ਨੇ ਜੀ ਕਿਉਂ ਹੁੰਦੇ ਨੇ ਇਹਦੀ ਗੱਲ ਆਪਾਂ ਇੱਕ ਦਿਨ ਦੱਸੀ ਸੀਗੀ ਕਿ ਚਾਰ ਸ਼ੀਟ ਫਾਈਲ ਹੋਈ ਸੀਗੀ ਜਦੋਂ ਉਹਦੇ ਕੁਝ ਲਿੰਕ ਪੰਜਾਬ ਨਾਲ ਵੀ ਜੁੜੇ ਬਕਾਇਦਾਰ ਕਾਰਡ ਕੱਢਿਆ ਸੀਗਾ ਆਪਾਂ ਤੇ ਇਹ ਸਾਰਾ ਕੁਝ ਉਹਦਾ ਹੀ ਹਿੱਸਾ ਹੈ ਇਨਾਂ ਦੀ ਮਤਲਬ ਕਿ ਰਾਜਨੀਤੀ ਵਿਦਾਗ ਤੁਰਈ 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 ਇਲਜ਼ਾਮ ਤਰਾਸ਼ੀਆਂ ਜਿਹੜੀਆਂ ਹੁੰਦੀਆਂ ਨੇ ਜ਼ੁਬਾਨੀ ਕਲਾਮੀ ਉਹ ਵੱਖਰੀ ਗੱਲ ਹੁੰਦੀ ਹੈ ਰਾਜਨੀਤੀ 'ਚ ਇਹ ਪਹਿਲਾ ਮੌਕਾ ਸੀਗਾ 2022 ਦੇ ਵਿੱਚ ਕਿ ਇਹ ਕਸੂਤਾ ਕਰ ਗਿਆ ਲਿਕਰ ਪਾਲਸੀ ਤੇ ਯਾਨੀ ਸ਼ਰਾਬ ਨੀਤੀ ਤੇ ਸਭ ਤੋਂ ਕਸੂਤਾ ਕਮ ਹੈ ਵੈਸੇ ਤੇ ਇਹਦੇ ਵਿੱਚ ਦੋਸ਼ ਵੇਖਣੇ ਪੈਣਗੇ ਕਿਉਂਕਿ ਥੋੜਾ ਜਿਹਾ ਜਿਹੜੀ ਗੈਰ ਪੰਜਾਬੀ ਰਾਜਨੀਤੀ ਆਪਾਂ ਉਹਦੇ ਨਾ ਮਤਲਬ ਕਿ ਡੁੰਗਾਈ 'ਚ ਨਹੀਂ ਜਾਂਦੇ ਕਿਉਂਕਿ ਸਾਡੀ ਇੱਥੇ ਬਹੁਤ ਉਲਝਣਾ ਨੇ ਨਾ ਸਨ ਸਮਝਣ ਦਾ ਮੌਕਾ ਨਹੀਂ ਮਿਲਦਾ ਕਿ ਉੱਤੇ ਕੀ ਚੱਲ ਰਿਹਾ ਹੈ ਦੇਖੋ ਦੋ ਤਿੰਨ ਦੋਸ਼ ਨੇ ਮਨੀਸ਼ ਸਿਸੋਦੀਆ ਤੇ ਸਮਝਣਾ ਪਵੇਗਾ ਉਹ ਉਹਨਾਂ ਚੀਜ਼ਾਂ ਨੂੰ ਨੰਬਰ 1 ਕਿ ਜਿਦਾ ਇਹ ਤਾਂ ਸਧਾਰਨ ਜੀ ਗੱਲ ਹੈ ਕਿ ਹੋਏਗਾ ਹੀ ਹੋਏਗਾ ਕਿ ਤੁਸੀਂ ਪੈਸਾ ਜਿਹੜਾ ਗਲਤ ਤਰੀਕੇ ਨਾਲ ਜਾਂ ਆਮਦਨ ਤੋਂ ਵੱਧ ਜਿਹੜੀ ਜਾਇਦਾਦ ਹੈ ਵਗੈਰਾ ਵਗੈਰਾ ਇਹ ਦੋਸ਼ ਹੋ ਗਿਆ ਇੱਕ ਤਰ੍ਹਾਂ ਦੇ ਦੂਸਰਾ ਸਬੂਤ ਨਸ਼ਟ ਕਰਨ ਦੇ ਇੱਕ ਦੋ ਦੋਸ਼ ਹੋਰ ਨੇ ਐਫ ਆਈ ਆਰ ਦੇ ਵਿੱਚ ਇਹ ਪਹਿਲੇ ਨੰਬਰ ਦੇ ਦੋਸ਼ੀ ਨੇ ਨਾਮਜ਼ਦ ਪਰ ਚਾਰ ਸ਼ੀਟ ਦੇ ਵਿੱਚ ਇਹਨਾਂ ਦਾ ਨਾਮ ਨਹੀਂ ਸੀਗਾ ਤਾਂ ਮਤਲਬ ਕਿ ਦੁਬਾਰਤੋਂ ਹੁਣ ਮਨੀਸ਼ ਸਸੋਦੀਆ ਦੇ ਖਿਲਾਫ ਚਾਰ ਸ਼ੀਟ ਇਕੱਲੇ ਦੇ ਦਾਖਲ ਹੋਏਗੀ ਜੀ ਜਿਸ ਤਰ੍ਹਾਂ ਗ੍ਰਫਤਾਰੀ ਹੋਈ ਹੈ ਜਾਂ ਹੋਰ ਸਹਿ ਦੋਸ਼ੀ ਵੀ ਹੋ ਸਕਦੇ ਉਹਦੇ ਚੰਗੇ ਚੱਲ ਕੇ ਜੀ ਹੁਣ ਇਹ ਮਾਮਲਾ ਕੀ ਹੈ ਇਹਦੇ ਵਿੱਚ ਜੇ ਤੁਸੀਂ ਦੇਖੋਗੇ ਮੈਂ ਸ਼ੋਰਟ ਦੇ ਵਿੱਚ ਤੁਹਾਨੂੰ ਦੱਸਣਾ ਚਾਹਾਂਗਾ ਜੀ ਕਿ ਅਸਲ 'ਚ ਦੋ ਤਿੰਨ ਚੀਜ਼ਾਂ ਹੋਈਆਂ ਨੇ ਜੀ ਆਪਾਂ ਨੂੰ ਵੀ ਪਤਾ ਹੈ ਕਿ ਦੇਖੋ ਇੱਥੇ ਏਜੰਸੀਆਂ ਕਿਸ ਤਰ੍ਹਾਂ ਕੰਮ ਕਰਦੀਆਂ ਸਿਆਸੀ ਬਦਲਾਖੋਰੀ ਕਿਸ ਤਰ੍ਹਾਂ ਚੱਲਦੀ ਹੈ ਮਾਨ ਸਾਹਿਬ ਕੋਈ ਉਹਦੇ ਤੋਂ ਮੁਨਕਰ ਨਹੀਂ ਹੋ ਸਕਦਾ ਪਰ ਇਸ ਦਰਮਿਆਨ ਜਿਹੜੇ ਦੋਸ਼ ਲੱਗੇ ਨੇ ਸੀਬੀਆਈ ਦੇ ਉਹਦੇ ਵਿੱਚ ਇੱਕ ਦੋ ਚੀਜ਼ਾਂ ਨੇ ਜਿਵੇਂ ਮਤਲਬ ਕਿ ਇਹਨਾਂ ਦੇ ਤਤਕਾਲੀ ਸੈਕਟਰੀ ਜਾਂ ਡਨੈਕਸ ਸੀਗੇ ਅਫਸਰ ਸੀ ਅਰਵਿੰਦ ਜੀ ਸੀ ਅਰਵਿੰਦ ਨੇ ਇਹ ਸਟੇਟਮੈਂਟ ਦਿੱਤੀ ਹੁਣ ਉਹ ਇਹਦੇ ਤੇ ਸਟੈਂਡ ਕਰਦਾ ਰਹੂਗਾ ਕਿ ਨਹੀਂ ਉਹ ਇੱਕ ਵੱਖਰਾ ਵਿਸ਼ਾ ਕਿਉਂਕਿ ਆਪਾਂ ਦੇਖਿਆ ਨਾ ਜੀ ਕਈ ਵਾਰ ਬਿਆਨ ਪੁਲਿਸ ਦੀ ਕਸਟਡੀ ਚ ਕੁਸ਼ੋਰ ਹੁੰਦੇ ਆ ਕੋਰਟ ਚ ਜਾ ਕੇ ਅਗਲਾ ਕਹਿੰਦਾ ਕਿ ਮੈਨੂੰ ਉੱਥੇ ਪ੍ਰੈਸ਼ਰਾਈਜ਼ ਕੀਤਾ ਗਿਆ ਜਾਂ ਟਰਚਰ ਕੀਤਾ ਗਿਆ ਬਿਲਕੁਲ ਇਹ ਤਾਂ ਰਹਿ ਗਿਆ ਫਿਊਚਰ ਤੇ ਡਿਪੈਂਡ ਬਾਕੀ ਦਾ ਲੱਗ ਪਰ ਉਹਦੀ ਜਿਹੜੀ ਮਤਲਬ ਕਿ ਉੱਥੇ ਦਾਵੇਦਾਰੀ ਹੈ ਜੋ ਦਾਵਾ ਕਰ ਰਿਹਾ ਇਸ ਕੇਸ ਦੇ ਮੁਤਲਕ ਉਹ ਇਹ ਕਰ ਰਿਹਾ ਵਾ ਕਿ ਅਸਲ ਚ ਇਹਨਾਂ ਨੇ ਸ਼ਰਾਬ ਨੀਤੀ ਵਾਸਤੇ ਇੱਕ ਮੰਤਰੀਆਂ ਦਾ ਸਮੂਹ ਬਣਾਇਆ ਸਮੂਹ ਬਣਾਇਆ ਸੀਗਾ ਜਿਵੇਂ ਆਪਾਂ ਕਹਿੰਦੇ ਨੇ ਗਰੁੱਪ ਆਫ ਮਿਨਿਸਟਰਸ ਉਹ ਬਣਾਇਆ ਸੀਗਾ ਕਹਿੰਦੇ ਕਿ ਸ਼ੁਰੂਆਤ ਦੇ ਵਿੱਚ ਜਦੋਂ ਬੈਠਕਾਂ ਹੋਈਆਂ ਇਹ ਜਿਹੜਾ 12% ਵਾਲਾ ਮਸਲਾ ਜਿਹਦੇ 'ਚ ਗਾਂ ਦੋਸ਼ ਲੱਗਾ ਆਮ ਆਦਮੀ ਪਾਰਟੀ ਤੇ ਕਥੇ ਤੌਰ ਤੇ ਕਿ 6% ਦੀ ਇਹਨਾਂ ਦਾ ਕਮਿਸ਼ਨ ਸੀਗਾ ਵਿੱਚ ਜੀ ਉਹ ਕਹਿੰਦੇ ਕਿ ਉਸ ਨੀਤੀ ਦਾ ਹਿੱਸਾ ਨਹੀਂ ਸੀ ਜੀ ਬਾਅਦ 'ਚ ਸੈਸੋਧੀਆਂ ਕੇਜਰੀਵਾਲ ਦੀ ਰਹਿਸ਼ ਤੇ ਇਹ ਬੁਲਾਉਂਦੇ ਨੇ ਜੀ ਜਾਂ ਪਤਾ ਨਹੀਂ ਇਹਨਾਂ ਦੀ ਰਹਿਸ਼ਤਾ ਕਿਸੇ ਮਤਲਬ ਕਿ ਇੱਕ ਨੰਬਰ ਜਾਂ ਦੋ ਨੰਬਰ ਦੇ ਜਿਹੜੇ ਸਰਕਾਰ ਦੇ ਲੀਡਰ ਹੈ ਇਹਨਾਂ ਦੀ ਰਹਿਸ਼ਤਾ ਜ਼ਿਕਰ ਹੈ ਉਹ ਮੈਨੂੰ ਹੁਣ ਯਾਦ ਨਹੀਂ ਪੱਕਾ ਕਿ ਉਹ ਰਹਿਸ਼ ਤੇ ਬੁਲਾ ਕੇ ਫਿਰ ਇੱਕ ਨੋਟ ਦਿੱਤਾ ਜਾਂਦਾ ਹੈ ਕਿ ਤੁਸੀਂ ਇਹਨੂੰ ਜੋ ਗਰੁੱਪ ਆਫ ਮਿਨਿਸਟਰਸ ਉਹਨਾਂ ਦੀ ਫਾਈਲ ਹੈ ਉਹਦੇ ਵਿੱਚ ਲਾਓ 12% ਦਾ 12% ਦਾ ਕੀ ਮਸਲਾ ਹੈ ਕਿ ਜਿਹੜੀ L1 ਦੀ ਫੀਸ ਜਿੱਦਾਂ ਹੋ ਗਈ ਤਾਂ ਉਹਦੇ 'ਚ ਇਹ ਕਹਿੰਦੇ ਆ ਕਿ 6% ਸਿੱਧਾ ਇੱਕ ਨਾ ਦਾ ਕਮਿਸ਼ਨ ਸੀਗਾ ਜਿਹਦੀ ਪੇਸ਼ਗੀ ਜਿਹੜੀ ਉਹ 100 ਕਰੋੜ ਰੁਪਈਆ ਤੁਸੀਂ ਸੁਣਿਆ ਹੋਣਾ ਅਕਸਰ ਕਿ ਸਾਊਥ ਦੀ ਲੌਬੀ ਤੋਂ ਹੈ ਕਿ ਉਹ ਉਹਦੀ ਐਡਵਾਂਸ ਪੇਸ਼ਗੀ ਸੀਗੀ ਉਹ ਜੀ ਠੀਕ ਹੈ ਨਾ ਜੀ ਇੱਕ ਤੇ ਇਹ ਆ ਕਿ ਇਹ ਉਹ ਜਿਹੜੀ ਸਟੇਟਮੈਂਟ ਉਹ ਕਸੂਤੀ ਗਈ ਹੈ ਨਾ ਵਾਸਤੇ ਸੈਕੰਡ ਚੀਜ਼ ਕਿ ਇਹਨਾਂ ਦੇ ਇੱਕ ਬਹੁਤ ਕਰੀਬੀ ਸਨ ਦਿਨੇਸ਼ ਅਰੋੜਾ ਜੀ ਉਹ ਵੀ ਸੱਜਣ ਜਿਹੜੇ ਸੀਗੇ ਉਹ ਜਿਵੇਂ ਗਾਣਾ ਨੇ ਇੱਤਾ ਇਦਾਂ ਬਦਲੇ ਸਜਣ ਰਾਤੋ ਰਾਤ ਜਿਵੇਂ ਕਿਸੇ ਦੇ ਸਹਾਈ ਹੋਏ ਨੇ ਉਹ ਵੀ ਸਰਕਾਰੀ ਗਵਾ ਬਣ ਗਿਆ 164 ਦੇ ਬਿਆਨ ਹਾਲਾਂਕਿ ਉਹ ਬਿਆਨ ਨਹੀਂ ਨਿਕਲਦੇ ਛੇਤੀ ਕੀਤੇ ਇੱਕ ਜੋ ਇਕਬਾਲੀਆ ਬਿਆਨ ਹੁੰਦੇ ਜਾਂ ਇਸ ਤਰ੍ਹਾਂ ਦੇ ਹਾਈ ਪ੍ਰੋਫਾਈਲ ਮਾਮਲੇ ਆ ਚੁੰਦੇ ਨੇ ਉਹ ਹਾਲੇ ਤੱਕ ਤਾਂ ਕਹ ਲਓ ਕਿ ਜਨਤਾ ਦੇ ਵਿੱਚ ਨਹੀਂ ਆਏ ਪਰ ਸਮਝਿਆ ਜਾਂਦਾ ਹੈ ਕਿ ਜਿਹੜੀ ਉਹ ਉਹਦੀ ਕਹ ਲਓ ਸਟੇਟਮੈਂਟ ਸੀਗੀ ਜਾ ਇਕਵਾਲੀਆ ਬਿਆਨ ਸੀਗਾ ਜਾਂ ਸਰਕਾਰੀ ਗਵਾਹ ਦੇ ਤੌਰ ਤੇ ਬਿਆਨ ਸੀਗਾ ਉਹ ਬਹੁਤ ਕਸੂਤਾ ਗਿਆ ਸੋ ਇਹ ਦੋ ਤਿੰਨ ਚੀਜ਼ਾਂ ਜਿਹੜੀਆਂ ਇਸ ਕੇਸ ਦੇ ਮੁਤਲਕ ਨੇ ਜਿਹੜੀਆਂ ਜਾਣਣੀਆਂ ਬਹੁਤ ਜ਼ਰੂਰੀ ਨੇ ਜੀ ਹੁਣ ਬਾਕੀ ਭਾਈ ਦੇਖੋ ਸਿਆਸੀ ਬਦਲਾਖੋਰੀ ਵੀ ਹੋ ਸਕਦੀ ਹੈ ਇਹ ਵੀ ਨਹੀਂ ਹੈ ਕਿ ਇਹ ਦੁੱਧ ਧੋਤੇ ਆ ਆਪਾਂ ਤਾਂ ਹੁਣ ਕੋਈ ਜਜਮੈਂਟ ਨਹੀਂ ਦੇ ਸਕਦੇ ਨਾ ਕਿਸੇ ਨੂੰ ਗੁਨਾਹਗਾਰ ਠਰਾਈਏ ਨਾ ਕਿਸੇ ਨੂੰ ਕਹੀਏ ਕਿ ਭਾਈ ਇਹ ਬੇਦੋਸ਼ਾ ਹੈ ਜੀ ਗੱਲ ਇਹ ਆ ਕਿ ਇੱਕ ਚੀਜ਼ ਤੁਸੀਂ ਦੇਖੋ ਇੱਕ ਵੀ ਨਹੀਂ ਕਹੂੰਗਾ ਕਿ ਦੋ ਚੀਜ਼ਾਂ ਵੇਖੋ ਤੁਸੀਂ ਪਹਿਲੀ ਗੱਲ ਤੇ ਕਿ ਐਤਵਾਰ ਸੀਬੀਆਈ ਬੁਲਾਉਂਦੀ ਐ 8 ਘੰਟੇ ਐ ਪੂਰੀ ਗਹਿ ਗੱਚ ਪੁੱਛ ਗੇ ਚ ਉਸ ਤੋਂ ਬਾਅਦ ਅਰੈਸਟ 8:59 ਮਿੰਟ ਤੇ ਸ਼ਾਇਦ ਪ੍ਰੈਸ ਰਿਲੀਜ਼ ਜਾਰੀ ਕਰਦੀ ਐ ਸੀਬੀਆਈ ਜਿਹਦੇ ਚ ਸਾਰਾ ਉਹ ਗ੍ਰਿਫਤਾਰੀ ਨੂੰ ਐਕਸਪਲੇਨ ਕਰ ਦਿੰਦੀ ਐ ਅੱਛਾ ਕੱਲ ਹੀ ਕਾਂਗਰਸ ਦਾ ਮਹਾ ਦਵੇਸ਼ਨ ਸੀਗਾ ਜੀ ਆਖਰੀ ਦਿਨ ਰਾਹੁਲ ਗਾਂਧੀ ਦੇ ਤਾਬੜ ਤੋੜ ਬਿਆਨ ਆਉਣੇ ਤੈ ਸੀਗੇ ਆਏ ਵੀ ਚਾਈਨਾ ਤੇ ਅਡਾਨੀ ਤੇ ਹੋਰ ਮਤਲਬ ਕਿ ਜੋ ਉਹ ਬੋਲਦੇ ਆ ਰਾਹੁਲ ਗਾਂਧੀ ਉਹ ਸਾਰੇ ਜਿਹੜੇ ਬਿਆਨ ਸੀਗੇ ਕੱਲ ਇਸ ਖਬਰ ਤੱਕ ਜਦੋਂ ਇਹਾਈ ਸਾਰੇ ਇਸ ਖਬਰ ਤੱਕ ਦਬ ਗਏ ਬਿਲਕੁਲ ਤੋਤੇ ਦੇ ਪਿੱਛੇ ਉਹ ਇੱਕ ਚੀਜ਼ ਵੇਖਣ ਵਾਲੀ ਸੀ ਹੁਣ ਇਹ ਇਤਫਾਕ ਹੈ ਜਾਂ ਕੁਝ ਹੋਰ ਹੈ ਕਿਹਾ ਨਹੀਂ ਜਾ ਸਕਦਾ ਦੂਜੀ ਚੀਜ਼ ਹੋਰ ਦੇਖੋ ਕਿ अरविंद केजरीवाल 100 ਤੋਂ ਲੈ ਕੇ ਉਹ ਮਹਾਰਾਸ਼ਟਰ ਦੀ ਰਾਜਨੀਤੀ ਚ ਇਹ ਖੰਭ ਪਸਾਰ ਰਹੇ ਸਨ ਇਹਨਾਂ ਦੇ राघव चड्ढा ਜੀ ਤੇ ਅੱਜ ਬੋਲ ਵੀ ਰਹੇ ਸੀਗੇ ਕਿ ਭਾਈ ਜੇ ਕੋਈ ਇਹਨਾਂ ਦਾ ਬਦਲ ਹੋ ਸਕਦਾ ਹੈ ਤਾਂ अरविंद केजरीवाल ਮਤਲਬ ਕਿ ਕੋਈ ਟੱਕਰ ਦੇ ਸਕਦਾ ਭਾਜਪਾ ਨੂੰ ਤਾਂ ਜੀ ਜਾਂ ਨਰਿੰਦਰ ਮੋਦੀ ਨੂੰ ਅੱਛਾ ਕਿੱਥੇ ਤੱਕ ਕੌਮੀ ਪੋਲਿਟਿਕਸ ਦੇ ਵਿੱਚ ਬਹੁਤ ਵੱਡੀ ਉਡਾਰੀ ਭਰਨ ਦੇ ਰੌਂ ਦੇ ਵਿੱਚ ਸਨ ਕਿੱਥੇ ਦਿੱਲੀ ਚ ਸਮੇਟ ਕੇ ਰੱਖ ਦਿੱਤਾ ਅਗਲੇ ਆਨੇ ਜੀ ਮਤਲਬ ਸਸੋਦੀਆ ਵਲੇਟ ਕੇ ਰੱਖ ਦਿੱਤਾ ਤੇ ਕੇਜਰੀਵਾਲ ਦਿੱਲੀ ਚ ਸਮੇਟ ਕੇ ਰੱਖ ਦਿੱਤਾ ਜੀ ਇਹ ਚੀਜ਼ ਵੇਖਣ ਵਾਲੀ ਹੈ ਜੀ ਇਹ ਇਹ ਬੜੀ ਦਿਲਚਸਪ ਹੈ ਇਸ ਮਾਮਲੇ ਦੇ ਵਿੱਚ ਇਸ ਕਿ ਕਿੱਥੇ ਤੁਸੀਂ ਕਦੇ ਮਹਾਰਾਸ਼ਟਰ ਉਹ ਸਾਡਾ ਮੁੱਖ ਮੰਤਰੀ ਐਵੇਂ ਨਾਲ ਲਈ ਫਿਰਦੇ ਨੇ ਪਤਾ ਨਹੀਂ ਕਿਹੜੇ ਵਾਚ ਜਾਂ ਆਜੂਜ ਦਾ ਕੋਈ ਹੋਏਗਾ ਜਾਂ ਜਾਂਦਾ ਹੀ ਇਹ ਮੁੱਖ ਮੰਤਰੀ ਦੇ ਨਾਲ ਕਦੇ ਉਹ ਲੈ ਜਾਂਦੇ ਨੇ ਮਹਾਰਾਸ਼ਟਰ ਮੰਦਾ ਪੁੱਛੇ ਵੀ ਉੱਥੇ ਮਹਾਰਾਸ਼ਟਰ ਸਾਡਾ ਚੀਫ ਮਿਨਿਸਟਰ ਇਹ ਕਹਿੰਦਾ ਮਰਾਠਿਆਂ ਦੇ ਨਾਲ ਆਪਣਾ ਬੜਾ ਸੂਤ ਹੈਗਾ ਬੜੀ ਸੂਤ ਹੈ ਆਪਣੀ ਬਣਦੀ ਬਹੁਤ ਹੈ ਮਤਲਬ ਕਿ ਐਵੇਂ ਹੀ ਬਿਨਾਂ ਗੱਲ ਤੋਂ ਤਾਂ ਖੈਰ ਦੇਖੋ ਇਹ ਸਾਰਾ ਕੁਝ ਆ ਇਹ ਸਾਰਾ ਘਟਨਾਕ੍ਰਮ ਆ ਇਹ ਸਾਰਾ ਪਿਸ਼ੋਕੜ ਆ ਥੋੜਾ ਜਿਆਦਾ ਜਿੰਨਾ ਕੋ ਆਪਾਂ ਨੂੰ ਪਤਾ ਹੈ ਤੋਂ ਇਹ ਆ ਕਿ ਹੁਣ ਜਿਸ ਤਰ੍ਹਾਂ ਇਹ ਪ੍ਰੋਟੈਸਟ ਕਰ ਰਹੇ ਨੇ ਇਸ ਗ੍ਰਿਫਤਾਰੀ ਨੂੰ ਬਣਾ ਇਦਾਂ ਹੀ ਰਹੇ ਨੇ ਕਿ ਬਹੁਤ ਬਈ ੱੱਕਾ ਸਾਡੇ ਨਾਲ ਜੀ ਵੈਸੇ ਵੀ ਤੁਹਾਨੂੰ ਪਤਾ ਹੀ ਆ ਭਾਰਤ ਰਤਨ ਦੀ ਇੱਕ ਤੇ ਮੰਗ ਜ਼ਰੂਰ ਕਰਦੇ ਹੁੰਦੇ ਆ ਤੇ ਇੱਕ ਇਹ ਵੀ ਕੋਈ ਹੈਰਾਨੀ ਨਹੀਂ ਹੋਏਗੀ ਕਿ ਕਿਸੇ ਸ਼ਹੀਦ ਦੇ ਨਾਲ ਵੀ ਤਸ਼ਬੀਹ ਦੇ ਦੇਣ ਕਿ ਇਹ ਤਾਂ ਭਈ ਉਹਨਾਂ ਵਰਗਾ ਹੈ ਫੇਰ ਭਾਵੇਂ ਸਤਿੰਦਰ ਜੈਨ ਉੱਥੇ ਜੇਲ੍ਹ ਦੇ ਵਿੱਚ ਗੁਲ ਖਲਾਈ ਜਾਵੇ ਪਤਾ ਹੈ ਨਾ ਕਿ ਕਿਸ ਤਰ੍ਹਾਂ ਇਹਨਾਂ ਦਾ ਜਿਹੜਾ ਭਾਰਤ ਰਤਨ ਹੈ ਉਹ ਜੇਲ੍ਹ ਦੇ ਵਿੱਚ ਆਪਣੇ ਬਣਾਈ ਨਿਯਮ ਤੋੜ ਰਿਹਾ ਸੀ ਉੱਥੇ ਕੀ ਚਲੋ ਬਾਅਦ ਦੇ ਵਿੱਚ ਦੇਖੋ ਵੈਸੇ ਐਮਓ ਜੀ ਸਾਈਨ ਹੋਇਆ ਘਾਟ ਉੱਥੇ ਵੀ ਨਹੀਂ ਰਹਿੰਦੀ ਦਿੱਲੀ ਵਾਲੇ ਪਾਸੇ ਇਧਰਲੇ ਵੈਸੇ ਪੰਜਾਬ ਵਾਲੇ ਪਾਸੇ ਵਟਾਕੇ ਪਈ ਜਾਂਦੇ ਨੇ ਜੀ 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 ਮੰਤਰੀਆਂ ਨੇ ਇਧਰਲੇ ਪਾਸੇ ਵੀ ਦੇਖ ਲਓ ਕੋਟਾ ਪੂਰਾ ਹੋ ਜਾਂਦਾ ਉਧਰ ਮੇਰੇ ਖਿਆਲ ਨਾਲ ਦੋ ਦੋ ਹੋ ਗਏ ਹੁਣ ਹਿਸਾਬ ਬਰਾਬਰ ਹੋ ਗਿਆ ਹਾਂਜੀ ਬਰਾਬਰ ਹੀ ਹੈ ਇੱਕ ਤਰ੍ਹਾਂ ਨਾਲ ਦੌੜ ਪਰ ਇਹਦੇ ਵਿੱਚ ਕੀ ਹੈ ਨਾ ਕਿ ਦੇਖੋ ਆਮ ਆਦਮੀ ਪਾਰਟੀ ਵਾਸਤੇ ਰਸਤੇ ਔਖੇ ਹੋ ਰਹੇ ਨੇ ਰਸਤੇ ਔਖੇ ਹੋ ਰਹੇ ਨੇ ਤਾਂ ਹੁਣ ਆਪਣੇ ਆਪਣੇ ਜਿੰਨਾ ਖੁੱਲ ਕੇ ਹਾਂਜੀ ਜਿੰਨਾ ਖੁੱਲ ਕੇ ਦੌੜ ਹੁਣ ਦੇਖੋ ਰਾਜਨੀਤੀ ਦੇ ਵਿੱਚ ਨਾ ਕੁਝ ਚੀਜ਼ਾਂ ਦੀ ਮਿੱਥ ਹੁੰਦੀ ਹੈ ਇਹਨਾਂ ਦੀ ਮਿੱਥ ਇਹ ਸੀਗੀ ਕਿ ਭਾਈ ਇੱਕ ਤਾਂ ਸਾਡੀ ਗਵਰਨੈਂਸ ਵੇਖੋ ਸਾਡਾ ਰਾਜ ਕਰਨ ਦਾ ਢੰਗ ਦੇਖੋ ਤੇ ਦੂਜਾ ਦੇਖੋ ਕਿ ਅਸੀਂ ਬਿਦਾ ਆ ਗਿਆਂ ਅਗਲਿਆਂ ਨੇ ਦੋਨੇ ਚੀਜ਼ਾਂ ਹੀ ਦਾਤੇ ਲਾ ਦਿੱਤੀਆਂ ਨੇ ਉਹ ਕਹਿੰਦੇ ਪੰਜਾਬ ਵੇਖੋ ਪੰਜਾਬ ਤਾਂ ਬਸ ਜੀ ਖਾਲਿਸਤਾਨ ਬਣਿਆ ਹੀ ਲੋ ਆਹੀ ਕਹੀ ਜਾਂਦਾ ਉੱਤੇ ਨੈਸ਼ਨਲ ਮੀਡੀਆ ਚਲਦੇ ਹੀ ਇਹ ਕੋਸ਼ਿਸ਼ ਹਜ਼ੂਰ ਮੈਂ ਮਤਲਬ ਕਿ ਆ ਦੋ ਦਿਨ ਮੈਂ ਇਨਾ ਇਹ ਸੁਣਿਆ ਨਾ ਆਪਣੇ ਪੰਜਾਬ ਵਾਲੇ ਤਾਂ ਭੁੱਲ ਵੀ ਗਏ ਜੋ ਘਟਨਾ ਵਾਪਰੀ ਆਪਣੇ ਪੰਜਾਬ ਵਾਲੇ ਤਾਂ ਭੁੱਲ ਵੀ ਗਏ ਇੱਥੇ ਤਾਂ ਚੁੱਪਚਾਪ ਹੋ ਗਿਆ ਸਾਰਾ ਕੁਝ ਉੱਤੇ ਉਹੋ ਹੋ ਹੋ ਤਾਂ ਤੁੱਕੀ ਗੱਡੀ ਜਾਂਦੇ ਨੇ ਜੀ ਮਤਲਬ ਕਿ ਇੱਕ ਤੇ ਇਹ ਚੀਜ਼ ਇਹ ਕਿ ਇਹਨਾਂ ਦਾ ਗਵਰਨੈਂਸ ਮਾਡਲ ਆ ਜਾ ਜੀ ਮੈਂ ਜਿੱਥੇ ਇਹਨਾਂ ਦੇ ਕੋਲ ਪੂਰਾ ਰਾਜ ਆ ਗਿਆ ਤੇ ਉੱਥੇ ਪੱਠਾ ਬਿਠਾ ਲਓ ਜੀ ਤੇ ਦੂਜੇ ਪਾਸੇ ਦੂਜੇ ਪਾਸੇ ਇਹਨਾਂ ਦੀ ਜਿਹੜੀ ਉਹ ਕਹ ਲੋ ਕਿ ਬੇਦਾਗ ਸ਼ਵੀ ਸੀਗੀ ਉਹ ਵੀ ਦਾਤੇ ਲਾ ਦਿੱਤੀ ਕਿ ਕੁਝ ਨਹੀਂ ਬਸ ਗੱਲ ਇਮਾਨਦਾਰੀ ਉਦੋਂ ਤੱਕ ਹੀ ਆ ਕਟੜ ਇਮਾਨਦਾਰੀ ਉਦੋਂ ਤੱਕ ਜਦੋਂ ਤੱਕ ਦਾ ਨੀ ਲੱਗਦਾ ਜੀ ਤਾਂ ਮਤਲਬ ਕਿ ਦੋਏ ਚੀਜ਼ਾਂ ਇਹਨਾਂ ਦੀਆਂ ਜਿਹੜੀ ਜਿਹੜੇ ਕਿ ਪੋਜ਼ਿਟਿਵ ਪੱਖ ਸਨ ਸਕਾਰਾਤਮਕ ਪੱਖ ਸਨ ਇਹਨਾਂ ਦੀ ਰਾਜਨੀਤੀ ਦੇ ਉਹ ਦੋਨੇ ਹੀ ਕਿਤੇ ਨਾ ਕਿਤੇ ਉਹਨਾਂ ਨੇ ਦਾਤੇ ਲਾਏ ਨੇ ਜੀ 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 ਬਿਲਕੁਲ ਬਿਲਕੁਲ ਜੀ ਇਧਰੋਂ ਜਰਾ ਕਮੈਂਟ ਆ ਰਿਹਾ ਜੀ ਕਮਲ ਉਹ ਕੰਨੇ ਚ ਲੱਗ ਸਕਦਾ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਜੀ ਕਹਿੰਦੇ ਕਿ ਜਰਾ ਦੱਸੋ ਦੇਖੋ ਇਹਦੇ ਚ ਮਾਨ ਸਾਹਿਬ ਕੀ ਹੈ ਕਿ ਗੱਲ ਇਹ ਆ ਕਿ ਜਿਹੜਾ ਸਿੱਖਾਂ ਦਾ ਇਹ ਸੂਬਾ ਹੈ ਨਾ ਸਿੱਖਾਂ ਦੇ ਇਸ ਕਰਕੇ ਕਿ ਬਹੁ ਗਿਣਤੀ ਵਾਲਾ ਜੀ ਇਤਿਹਾਸ ਦੇ ਵਿੱਚ ਇਥੇ ਇਹਨਾਂ ਕੁਝ ਹੋਇਆ ਕਿ ਬਹੁਤ ਵੱਡਾ ਕਰਕੇ ਮੈਨੂੰ ਲੱਗਦਾ ਕਿ ਨਰਿੰਦਰ ਮੋਦੀ ਸਰਕਾਰ ਗਲਤੀ ਨਹੀਂ ਕਰੇਗੀ ਜੀ ਹਾਂ ਮੈਂ ਜਿਵੇਂ ਅੱਗੇ ਵੀ ਇੱਕ ਦਿਨ ਗੱਲ ਕਹੀ ਸੀਗੀ ਮਾਨ ਸਾਹਿਬ ਇਹ ਹੋਏਗਾ ਤਦ ਜੇ ਜੇਕਰ ਹੋਏਗਾ ਇਹ ਹੋਏਗਾ ਤਦ ਜੇਕਰ ਮਤਲਬ ਕਿ ਲੋਕਾਂ ਚੋਂ ਹੀ ਆਵਾਜ਼ ਆਉਣ ਲੱਗ ਜਾਵੇ ਕਿ ਬਸ ਜੀ ਇੱਥੇ ਗਏ ਇੱਥੇ ਐਵੇਂ ਹੀ ਨੇ ਮਤਲਬ ਕਿ ਲੋਕਾਂ ਦੀ ਡਿਮਾਂਡ ਇਹ ਇਹ ਚੀਜ਼ ਉਦੋਂ ਸੰਭਵ ਜਾਪਦੀ ਆ ਉਦਾਂ ਨਹੀਂ ਥੋਪੀ ਨਹੀਂ ਜਾਏਗੀ ਕਿਉਂਕਿ ਮੇਰਾ ਮੰਨਣਾ ਇਹ ਹੈ ਕਿ ਸਿੱਖਾਂ ਦੇ ਮਸਲੇ ਤੇ ਤਾਂ ਨਰਿੰਦਰ ਮੋਦੀ ਕਦੇ ਗਲਤੀ ਕਰ ਹੀ ਨਹੀਂ ਸਕਦੇ ਜੇ ਕਰਨਗੇ ਤਾਂ ਫਿਰ ਕਮਿਆਜ਼ਾ ਹੋਰ ਵੀ ਕਹ ਲੋ ਕਿ ਭਿਆਨਕ ਹੋ ਸਕਦਾ ਹੈ ਇਹ ਇਹ ਚੀਜ਼ ਮੈਂ ਜ਼ਰੂਰ ਕਹਿਣੀ ਚਾਹਾਂਗਾ ਹਾਂ ਉਹ ਕੀ ਹੈ ਕਿ ਫਾਈਲ ਬਣਾ ਰਹੇ ਨੇ ਜੀ ਜਿਵੇਂ ਕਸ਼ਮੀਰ ਫਾਈਲਸ ਫਿਲਮ ਬਣੀ ਸੀ ਨਾ ਪੰਜਾਬ ਫਾਈਲਸ ਜੀ ਆ ਹੁਣ ਤੁਸੀਂ ਦੇਖ ਲਓ ਕਿ ਉਹਨਾਂ ਨੇ ਫੇਰ ਰਿਪੋਰਟ ਤਲਬ ਕੀਤੀ ਹੈ ਸਾਰੀ ਰਿਪੋਰਟ ਉੱਥੇ ਪਹੁੰਚ ਗਈ ਆ ਜੇਲ੍ਹ ਵਾਲੀ ਵੀ ਕਰ ਲੈਣ ਕਿ ਸਾਰਾ ਕੁਝ ਦੇਖ ਕੇ ਉਹ ਪਲੰਦਾ ਬਣ ਰਿਹਾ ਹੈ ਇਹ ਇੱਕ ਵੱਡੀ ਗੱਲ ਹੈ ਜੀ 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 ਬਿਲਕੁਲ ਪਲੰਦਾ ਭਾਰੀ ਕਰ ਰਿਹਾ ਕਿ ਮੰਨ ਲੋ ਕੱਲ ਨੂੰ ਜੇ ਕੋਈ ਵੱਡਾ ਸਟੈਪ ਚੁੱਕਿਆ ਜਾਂਦਾ ਜੀ ਤਾਂ ਉਹ ਦਿਖਾਇਆ ਜਾਵੇ ਜੀ ਤੁਕ ਉਹਨਾਂ ਦਾ ਵੀ ਪ੍ਰਚਾਰ ਤੰਤਰ ਬਹੁਤ ਵੱਡਾ ਹੈ ਜੀ 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 ਉਸ ਪ੍ਰਚਾਰ ਤੰਤਰ ਅੱਗੇ ਛੋਟੀਆਂ ਮੁੱਟੀਆਂ ਗਰਾਰੀਆਂ ਹੜਦੀਆਂ ਨਹੀਂ ਹੈ ਜੀ ਕਿਤਾਬਾਂ ਵੇਖਦੇ ਆ ਨਾ ਕਿਉਂਕਿ ਉਹਨਾਂ ਕੋਲ ਪੈਸਾ ਹੈ ਪਰ ਇੱਕ ਚੀਜ਼ ਹੋਰ ਵੀ ਹੈ ਕਿ ਗਵਰਨਰ ਰੂਲ ਤੋਂ ਇਲਾਵਾ ਜੇ ਚੀਜ਼ ਤੁਸੀਂ ਦੇਖੋਗੇ ਜਿਸ ਤਰ੍ਹਾਂ ਇੰਡੀਆ ਦੀ ਰਾਜਨੀਤੀ 'ਚ ਇਹਨਾਂ ਕਟਨਾਮਾਨੂ ਜਾਂ ਅਮਰਤਪਾਲ ਸਿੰਘ ਨੂੰ ਬਹੁਤ ਜ਼ਿਆਦਾ ਹਾਈਲਾਈਟ ਕੀਤਾ ਜਾ ਰਿਹਾ ਹੈ ਇਹ ਵੀ ਹੋ ਸਕਦਾ ਹੈ ਕਿ ਕੱਲ ਨੂੰ ਕੋਈ ਇਹਨਾਂ ਦੇ ਖਿਲਾਫ ਐਕਸ਼ਨ ਵੱਡਾ ਕਰ ਦੇਣ ਐਨ ਵੋਟਾਂ ਦੇ ਨੇੜੇ ਕਿਉਂਕਿ ਉਦੋਂ ਤੱਕ ਬਹੁਤ ਇੱਕ ਉਹ ਕਹਿ ਦਨਗੇ ਕਿ ਹਾਂ ਇਹ ਵੀ ਬਹੁਤ ਵੱਡੀ ਸਮੱਸਿਆ ਜਿਹੜੀ ਆਮ ਆਦਮੀ ਪਾਰਟੀ ਨੇ ਪੈਦਾ ਕਰ ਦਿੱਤੀ ਪਰ ਇਹਦਾ ਨਿਵਾਰਨ ਸਾਡੇ ਕੋਲ ਹੈ ਜੀ ਇਹ ਵੀ ਤੇ ਹੋ ਸਕਦਾ ਹੈ ਨਾ ਜੇ ਅਸੀਂ ਸੰਭਾਵਨਾਵਾਂ ਦੀ ਗੱਲ ਕਰਦੇ ਹਾਂ ਜੀ ਕਿ 2024 ਤੋਂ ਪਹਿਲਾਂ ਇਸ ਤਰ੍ਹਾਂ ਵੀ ਤਾਂ ਹੋ ਸਕਦਾ ਹੈ ਹਾਲਾਂਕਿ ਕਿਆਫੇ ਨੇ ਜਿੱਦਾਂ ਸਵਾਲ ਕਰਤਾ ਦੇ ਜੀ ਜੀ ਬਿਲਕੁਲ ਬਿਲਕੁਲ ਇਹ ਸਵਾਲ ਹੀ ਸਾਰੇ ਜਿੱਦਾਂ ਕਿ ਹੁਣ ਸਵਾਲ ਕਰ ਰਹੇ ਸੀ ਲੋਕੀ ਕਿ ਬਹੁਤ ਸਾਰੇ ਲੋਕੀ ਕਰ ਰਹੇ ਕਿ ਭਾਈ ਅੱਜ ਤੁਸੀਂ ਆਪ ਹੀ ਠਾਣਿਆ ਗਿੱਤਰ ਦਿਨ ਚਲੇਗੇ ਤੇ ਉਸ ਵੇਲੇ ਜਦੋਂ ਅਮਰਤਪਾਲ ਗਏ ਸੀਗੇ ਉਹਨੂੰ ਤੁਸੀਂ ਉਹਨਾਂ ਨੂੰ ਗਲਤ ਕਹਿ ਰਹੇ ਸੀ ਮਤਲਬ ਇਹ ਵੀ ਜਾ ਰਹੇ ਆ ਨਾਲ ਨਾਲ ਉਹ ਜਿਹੜਾ ਭਾਈਪਾਲ ਧਰਨਾ ਪ੍ਰੋਟੈਸਟ ਹੋ ਤਾਂ ਮਾਨ ਸਾਹਿਬ ਇਹ ਕਰਕੇ ਧਰਨੇ ਪ੍ਰਦਰਸ਼ਨ ਕਰਕੇ ਤੇ ਇੱਥੋਂ ਤੱਕ ਪਹੁੰਚੇ ਆ ਜੀ ਇਹ ਤਾਂ ਸੱਚ ਹੈ ਨਾ ਜੈਸੇ ਪ੍ਰੋਟੈਸਟ ਕਰਨਾ ਹਰੇਕ ਦਾ ਅਧਿਕਾਰ ਹੈ ਜਿਸ ਦਿਨ ਤੁਸੀਂ ਪ੍ਰੋਟੈਸਟ ਦਾ ਅਧਿਕਾਰ ਖੋਲ ਲਓਗੇ ਉਸ ਦਿਨ ਤਾਂ ਸਮਝ ਲਓ ਕਿ ਕਫਨ ਚ ਆਖਰੀ ਕਿੱਲਾ ਵਾਲੀ ਗੱਲ ਹੈ ਜੀ 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 ਬਿਲਕੁਲ ਬਿਲਕੁਲ ਜੀ ਨਾਲ ਤੁਸੀਂ ਜਿਹੜਾ ਐਂਗਲ ਉਹ ਕਾਂਗਰਸ ਵਾਲਾ ਉਹ ਕੀਤਾ ਉਹ ਵੀ ਇੱਕ ਬੜਾ ਪਤਾ ਨਹੀਂ ਸਵੱਬੀ ਹੋ ਗਿਆ ਕੰਮ ਕੀ ਪਤਾ ਨਹੀਂ ਕੀ ਬਣਿਆਗਾ ਇਹ ਜਿਹੜਾ ਮਤਲਬ ਮਹਾਦੇਵਸ਼ਣ ਹਾਂ ਜੀ ਹਾਂ ਜੀ ਕਿ ਰਾਹੁਲ ਗਾਂਧੀ ਹੈ ਜਾਂ ਕੱਲ੍ਹ ਕੇ ਕਾਂਗਰਸ ਰਾਹੁਲ ਗਾਂਧੀ ਤੇ ਕੱਲ੍ਹ ਦੇ ਬਿਆਨ ਬਹੁਤ ਜ਼ਬਰਦਸਤ ਸੀਗੇ ਅਡਾਨੀ ਨੂੰ ਲੈ ਕੇ ਚਾਈਨਾ ਨੂੰ ਲੈ ਕੇ ਦੇਖੋ ਸਦਨ 'ਚ ਜਿਹੜਾ ਕੁਝ ਬੋਲਣਾ ਹੁੰਦਾ ਜੀ ਉਹਦੀ ਇੱਕ ਕਹਿ ਲੋ ਕਿ ਥੋੜੀ ਜੀ ਹੱਦ ਵੱਖਰੀ ਐ ਬਾਹਰ ਆ ਕੇ ਬੋਲਣਾ ਉਹਦੇ ਚ ਇਹ ਹੁੰਦਾ ਕਿ ਸਦਨ ਚ ਤੇ ਤੁਹਾਨੂੰ ਕੋਈ ਵੱਧ ਤੋਂ ਵੱਧ ਕੀ ਐ ਕਿ ਅਨੁਸ਼ਾਸਨਾਤਮਕ ਕਾਰਵਾਈ ਹੋ ਜਾਏਗੀ ਨਾ ਬਾਹਰ ਤੇ ਕਾਨੂੰਨੀ ਕਾਰਵਾਈ ਦਾ ਵੀ ਡਰ ਐ ਪਰ ਬਾਹਰ ਆ ਕੇ ਫੇਰ ਰਾਹੁਲ ਗਾਂਧੀ ਨੇ ਤਾਬੜ ਤੋੜ ਹਮਲੇ ਕੀਤੇ ਪਰ ਕਮਾਲ ਦੀ ਗੱਲ ਐ ਕਿ ਉਹ ਖਬਰ ਦੇਰ ਸ਼ਾਮੀ ਖਬਰ ਹੈ ਹੀ ਨਹੀਂ ਸਗੀ ਜੀ ਖਬਰ ਵੱਡੀ ਇਹ ਸੀ ਔਰ ਹੈਵੀ ਸੀਗੀ ਕੋਈ ਸ਼ੱਕ ਨਹੀਂ ਬਿਲਕੁਲ 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 ਜੀ ਤੇ ਆਪਾਂ ਜਰਾ ਅੱਗੇ ਚੱਲੀਏ ਇਸ ਤੋਂ ਪਹਿਲਾਂ ਮੈਂ ਇੱਕ ਜਰਾ ਕਮੈਂਟ ਲੈ ਲੈਣਾ ਜੀ ਇਹ ਵਿਨੇ ਨੇ ਜੀ ਵਿਨੇ ਮੌਂਗਾ ਜੀ ਕਹਿੰਨੇ ਮੈਂ ਲੁਧਿਆਣਾ ਹੀ ਰਹਿਣਾ ਜੀ ਤੇ ਦੇਖੋ ਗੱਲ ਇਹ ਵੀ ਵੈਸੇ ਤਾਂ ਤੁਹਾਨੂੰ ਪਤਾ ਕਹਿੰਨੇ ਕਿ ਬਿਜਲੀ ਫਰੀ ਹੈ ਬਿਜਲੀ ਫਰੀ ਹੈ ਮਕਾਨ ਮਾਲਕਾ ਜਿਹੜੇ ਸਾਡੇ ਤੋਂ ਉਹ ਬਿਜਲੀ ਦਾ ਬਿੱਲ ਲੈ ਰਿਹਾ ਨਹੀਂ ਜੇ ਅਜਿਹਾ ਕਰਦੇ ਨੇ ਤਾਂ ਤੁਸੀਂ ਕੰਪਲੇਂਟ ਕਰ ਸਕਦੇ ਹੋ ਜੀ ਬਿਲਕੁਲ ਇਹ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਕੋਈ ਨੰਬਰ ਵੀ ਜਾਰੀ ਕੀਤਾ ਹੋਇਆ ਸ਼ਾਇਦ ਮੈਨੂੰ ਯਾਦ ਨਹੀਂ ਹੈ ਜੀ ਪਰ ਇਹਨਾਂ ਨੇ ਇਸ ਚੀਜ਼ ਨੂੰ ਪਹਿਲਾਂ ਹੀ ਦ੍ਰਿਸ਼ਟੀਗੋਚਰ ਰੱਖਿਆ ਸੀਗਾ ਧਿਆਨ ਦੇ ਵਿੱਚ ਰੱਖਿਆ ਸੀਗਾ ਕਿ ਅਜਿਹੀਆਂ ਸ਼ਿਕਾਇਤਾਂ ਆ ਰਹੀਆਂ ਨੇ ਤਾਂ ਬਾਕਾਇਦਾ ਹੁਣ ਮੈਨੂੰ ਪਤਾ ਨਹੀਂ ਕੋਈ ਇਹਨਾਂ ਨੇ ਪੱਤਰ ਵੀ ਸ਼ਾਇਦ ਜਾਰੀ ਕੀਤਾ ਸੀਗਾ ਜੀ ਉਸ ਵੇਲੇ ਕਿ ਜਿਹੜਾ ਬਈ ਮਾਲਕ ਮਕਾਨ ਹੈ ਜਿਹੜਾ ਵੀ ਤੁਹਾਡਾ ਮਤਲਬ ਕਿ ਮਕਾਨ ਦਾ ਓਨਰ ਹੈ ਮਾਲਕ ਹੈ ਉਹ ਤੁਹਾਡੇ ਤੋਂ ਫ੍ਰੀ ਬਿਜਲੀ ਦਾ ਬਿੱਲ ਨਹੀਂ ਲੈ ਸਕਦਾ ਤੁਸੀਂ ਸ਼ਿਕਾਇਤ ਕਰ ਸਕਦੇ ਹੋ ਬਿਲਕੁਲ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਜੇ ਉਹਦੇ ਨਾਲ ਗੱਲ ਕਰੋ ਕਿ ਭਾਈ ਇਹ ਗਲਤ ਗੱਲ ਹੈ ਤੇਰੀ ਇਹ ਹਰਕਤ ਮਾੜੀ ਹੈ ਜਦੋਂ ਅਸੀਂ ਕਿਰਾਇਆ ਦੇ ਰਹੇ ਹਾਂ ਤਾਂ ਜਿਹੜੀ ਸਹੂਲियत ਤੂੰ ਆਪ ਫ੍ਰੀ ਲੈ ਰਿਆ ਸਾਡੇ ਤੋਂ ਕਿਉਂ ਵੈਸੇ ਸਾਡਾ ਨਾ ਕਹਿ ਲਈਏ ਕਿ ਕਈ ਵਾਰੀ ਜ਼ਮੀਰ ਦਾ ਜਲੂਸ ਹੀ ਨਿਕਲਦਾ ਹੈ ਨਾ ਆ ਦੇਖ ਲਓ ਕੀ ਕੀ 5-700 ਰੁਪਏ ਤੂੰ ਭਾਈ ਲੈ ਰਿਹਾ ਹੋਵੇਗਾ ਜੇ ਤੇਰਾ 5000 7000 ਦੇ ਕਿਰਾਏ ਨਾਲ ਤੇਰਾ ਢਿੱਡ ਨਹੀਂ ਭਰ ਰਿਹਾ ਮੇਰੇ ਖਿਆਲ ਨਾਲ ਜ਼ਿਆਦਾ ਹੋਵੇਗਾ ਲੁਧਿਆਣਾ ਸ਼ਹਿਰ ਦੀ ਗੱਲ ਮੈਂ ਇੱਕ ਮਿਸਾਲ ਦਿੰਦੀ ਆ ਤੇ ਕੀ 500 ਰੁਪਏ ਨਾਲ ਕੀ ਕਰ ਲੇਗਾ ਤੇ 500000 ਨਾਲ ਕੀ ਹੋ ਜਾਏਗਾ ਤੇਰਾ ਉੱਥੇ ਜਾਂਦੇ ਦਾ ਗਿੱਟਾ ਟੁੱਟ ਗਿਆ ਇੱਕ ਮਹੀਨਾ ਉੱਥੇ ਮੰਜੇ ਤੇ ਲੰਮਕਿਆ ਤੇ ਕੀ ਕੀ ਕਰ ਲੇਗਾ ਮਤਲਬ ਕਿ ਖੂਨ ਨਿਚੋੜੀ ਜਾਂਦੇ ਸੀ ਇੱਕ ਦੂਜੇ ਦਾ ਫਿਰ ਅਸੀਂ ਕਹਿੰਨੇ ਮਹਾਨ ਬੜੇ ਆ ਸੀ ਬੜੇ ਮਹਾਨ ਆ ਸੀ ਬਿਲਕੁਲ ਬਿਲਕੁਲ